ਮੈਂਬਰਾਂ ਦਾ ਸਿਲੈਕਸ਼ਨ ਕਰਨ ਤੋਂ ਬਾਅਦ ਇਸ ਤੋਂ ਬਾਅਦ ਸੰਵਿਧਾਨ ਸਭਾ ਦਾ ਗਠਨ ਲਈ ਇਲੈਕਸ਼ਨ ਜੁਲਾਈ ਤੇ ਅਗਸਤ ਵਿੱਚ ਹੋਣੀਆਂ ਸਟਾਰਟ ਹੋ ਗਿਆ, ਜਿਸ ਵਿੱਚ ਕਾਂਗਰਸ ਨੇ 208 ਸੀਟਾਂ ਨਾਲ ਮੁਸਲਿਮ ਲੀਗ ਨੂੰ ਹਰਾ ਦਿੱਤਾ। ਮਤਲਬ ਕਾਂਗਰਸ ਨੇ ਟੋਟਲ 389 ਸੀਟਾਂ ਵਿੱਚੋਂ 208 ਸੀਟਾਂ ਹਾਸਲ ਕੀਤੀਆਂ ਅਤੇ ਮੁਸਲਿਮ ਲੀਗ ਨੂੰ 73 ਸੀਟਾਂ ਮਿਲੀਆਂ ਸੀ। ਇਸ ਤੋਂ ਇਲਾਵਾ ਇਹਨਾਂ ਇਲੈਕਸ਼ਨਾਂ ਵਿੱਚ ਮਹਿਲਾ ਦੀ ਸੰਖਿਆ ਵੀ ਸੀ, ਜਿਨ੍ਹਾਂ ਦੀ ਟੋਟਲ ਨੰਬਰ ਆਫ ਸੰਖਿਆ ਗੱਲ ਕਰੀਏ ਫੀਮੇਲ ਕੈਂਡੀਡੇਟਸ ਦੀਆਂ ਤਾਂ 15 ਟੋਟਲ ਮਹਿਲਾ ਸੀ। ਐਗਜ਼ਾਮ ਵਿੱਚ ਕਾਫੀ ਵਾਰ ਪੁੱਛ ਲਿਆ ਜਾਂਦਾ ਇਹ ਕੁਐਸਚਨ ਦਾ ਕਿ ਸੰਵਿਧਾਨ ਸਭਾ ਵਿੱਚ ਮਹਿਲਾਵਾਂ ਦੀਆਂ ਸੰਖਿਆਵਾਂ ਕਿੰਨੀਆਂ ਸੀ, ਤਾਂ ਯਾਦ ਰੱਖਿਓ 15 ਟੋਟਲ ਮਹਿਲਾਵਾਂ ਸੀਆਂ ਅਤੇ ਇਹਨਾਂ 15 ਮਹਿਲਾਵਾਂ ਵਿੱਚੋਂ ਕੇਵਲ ਇੱਕ ਮੁਸਲਿਮ ਮਹਿਲਾ ਸੀ। ਅਤੇ ਹੁਣੇ ਸਬ ਇੰਸਪੈਕਟਰ ਦਾ ਐਗਜ਼ਾਮ ਹੋ ਕੇ ਹਟਿਆ ਹੈ ਅਤੇ ਇਹ ਕੁਐਸਚਨ ਕਿ 15 ਮਹਿਲਾਵਾਂ ਵਿੱਚੋਂ ਸੰਵਿਧਾਨ ਸਭਾ ਵਿੱਚ ਇੱਕ ਮੁਸਲਿਮ ਮਹਿਲਾ ਸੀ, ਉਸਦਾ ਨਾਮ ਕੀ ਸੀ, ਤਾਂ ਬੇਗਮ ਐਜਾਜ਼ ਰਸੂਲ ਸੀ। ਇਹ ਕੁਐਸਚਨ ਆ ਚੁੱਕਿਆ ਅਤੇ ਨੈਕਸਟ ਐਗਜ਼ਾਮ ਵਿੱਚ ਰਿਪੀਟ ਵੀ ਜ਼ਰੂਰ ਹੋਵੇਗਾ। ਯਾਦ ਰੱਖਿਓ ਸੰਵਿਧਾਨ ਸਭਾ ਵਿੱਚ ਸਿਰਫ ਇੱਕ ਮੁਸਲਿਮ ਫੀਮੇਲ ਸੀ ਜਿਸਦਾ ਨਾਮ ਬੇਗਮ ਐਜਾਜ਼ ਰਸੂਲ ਸੀ ਅਤੇ ਇੱਕ ਦਲਿਤ ਮਹਿਲਾ ਵੀ ਸੀ ਜਿਸਦਾ ਨਾਮ ਦਕਸ਼ ਯਾਨੀ ਬੇਲਾ ਸੀ। ਇਸ ਤੋਂ ਇਲਾਵਾ ਸੰਵਿਧਾਨ ਸਭਾ ਦੇ ਇਲੈਕਸ਼ਨਾਂ ਵਿੱਚ ਜਿਹੜੇ ਮੈਂਬਰ ਸੀ ਐਸਟੀ ਜਨਜਾਤੀ ਦੇ ਨਾਲ ਸੰਬੰਧਿਤ ਮੈਂਬਰ ਦੀ ਗਿਣਤੀ ਵੀ 33 ਮੈਂਬਰ ਸੀ ਅਤੇ ਸਿੱਖ ਧਰਮ ਨਾਲ ਸੰਬੰਧਿਤ ਸੀ 4 ਮੈਂਬਰ ਸੀ। ਇਸ ਤੋਂ ਇਲਾਵਾ ਮੁਸਲਿਮ ਧਰਮ ਨਾਲ ਰਿਜ਼ਰਵ ਸੀਟਾਂ ਸੀ ਇਹਨਾਂ ਦੀ, ਸਿੱਖ ਧਰਮ ਦੀ ਵੀ ਅਤੇ ਮੁਸਲਿਮ ਧਰਮ ਦੀ ਵੀ ਅਤੇ ਐਸਸੀ ਐਸਟੀ ਦੀ ਵੀ, ਤਾਂ 79 ਇਹ ਰਿਜ਼ਰਵ ਸੀਟਾਂ ਸੀ ਇਹਨਾਂ ਦੀਆਂ। ਮੇਨ ਗੱਲ ਕੀ ਆਉਂਦੀ, ਸੰਵਿਧਾਨ ਲਈ ਸਭਾ ਬਣੀ 1946 ਈਸਵੀ ਵਿੱਚ, ਇਲੈਕਸ਼ਨ ਹੋਏ ਸੀ ਵੋਟਾਂ ਦੇ, ਉਹ ਕਿੰਨਾਂ ਮੈਂਬਰਾਂ ਵਿੱਚ ਹੋਏ ਸੀ, 399 ਮੈਂਬਰਾਂ ਵਿੱਚ ਹੋਏ ਸੀ ਅਤੇ ਜਿਨ੍ਹਾਂ ਵਿੱਚ ਬ੍ਰਿਟਿਸ਼ ਦੇ ਜਿਹੜੇ ਮੈਂਬਰ ਸੀ ਉਹ 292 ਸੀ ਅਤੇ ਕਮਿਸ਼ਨਰੀ ਖੇਤਰ ਦੇ ਸੀ ਉਹ 4 ਸੀ ਅਤੇ ਦੇਸੀ ਰਿਆਸਤਾਂ ਦੇ ਉਹ 93 ਮੈਂਬਰ ਜਾਂ ਸੀਟਾਂ ਸੀ। ਸੀਟਾਂ 'ਤੇ ਇਲੈਕਸ਼ਨ ਹੋਏ ਜੁਲਾਈ ਅਤੇ ਅਗਸਤ ਦੇ ਵਿਚਾਲੇ 1946 ਈਸਵੀ ਵਿੱਚ ਇਲੈਕਸ਼ਨ ਹੋਏ ਸੀ ਅਤੇ ਕਾਂਗਰਸ ਦੀ ਜਿੱਤ ਹੋਈ ਸੀ ਅਤੇ ਕਾਂਗਰਸ ਨੂੰ ਕਿੰਨੀ ਸੀਟਾਂ ਮਿਲੀ ਸੀ, 208 ਸੀਟਾਂ ਮਿਲੀਆਂ ਸੀ ਅਤੇ ਮੁਸਲਿਮ ਲੀਗ ਨੂੰ 79 ਸੀਟਾਂ ਮਿਲੀਆਂ ਸੀ ਅਤੇ ਅਦਰ ਸੀ ਜਿਹੜੇ ਉਹਨਾਂ ਨੂੰ ਟੋਟਲ 15 ਸੀਟਾਂ ਹੀ ਮਿਲੀਆਂ ਸੀ। ਕੀ ਹੁਣ ਅਸੀਂ 9 ਦਸੰਬਰ 1946 ਈਸਵੀ ਵਿੱਚ ਦਿੱਲੀ ਦੇ ਕੇਂਦਰ ਹਾਲ ਵਿੱਚ ਪਹਿਲੀ ਸੰਵਿਧਾਨ ਸਭਾ ਦੀ ਬੈਠਕ ਬੁਲਾਈ ਗਈ। ਐਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਬੁਲਾਈ ਗਈ ਸੀ, ਤਾਂ 9 ਦਸੰਬਰ 1946 ਕਿੱਥੇ ਬੁਲਾਈ ਗਈ ਸੀ, ਦਿੱਲੀ ਦੇ ਕੇਂਦਰੀ ਹਾਲ ਵਿੱਚ। ਅਤੇ ਇਸ ਪਹਿਲੀ ਸੰਵਿਧਾਨ ਸਭਾ ਦੇ ਬੈਠਕ ਵਿੱਚ 208 ਮੈਂਬਰ ਪਹੁੰਚੇ ਸੀ। ਹੁਣ ਤੁਸੀਂ ਸੋਚੋਗੇ ਕਿ ਟੋਟਲ ਮੈਂਬਰ ਦਾ 389 ਸੀ ਅਤੇ ਟੋਟਲ ਇਸ ਵਿੱਚ ਪਹਿਲੀ ਸਭਾ ਵਿੱਚ 208 ਮੈਂਬਰ ਕਿਵੇਂ ਪਹੁੰਚੇ, ਕਿਉਂਕਿ ਇਸ ਸਮੇਂ ਮੁਸਲਿਮ ਲੀਗ ਦੇ 73 ਮੈਂਬਰਾਂ ਨੇ ਸੰਵਿਧਾਨ ਸਭਾ ਦਾ ਬਾਈਕਾਟ ਕਰ ਦਿੱਤਾ ਸੀ, ਕਿਉਂਕਿ ਮੁਸਲਿਮ ਲੀਗ ਹਾਰ ਗਈ ਸੀ ਇਲੈਕਸ਼ਨਸ, ਤਾਂ ਕਰਕੇ ਉਸਨੇ ਸੰਵਿਧਾਨ ਸਭਾ ਨੂੰ ਸਭਾ ਦਾ ਬਾਈਕਾਟ ਕਰ ਦਿੱਤਾ ਸੀ। ਅਤੇ ਇਸ ਤੋਂ ਇਲਾਵਾ ਦੇਸੀ ਰਿਆਸਤ ਦੇ ਜਿਹੜੇ ਆਪਣੇ ਰਾਜੇ ਮਹਾਰਾਜਾ ਸੀ ਉਹਨਾਂ ਨੂੰ ਪਤਾ, ਮਤਲਬ ਕਿ ਤੁਹਾਨੂੰ ਪਤਾ ਹੀ ਹੁੰਦਾ ਕਿ ਉਹ ਐਸ਼ੋ ਪ੍ਰਸਤ ਦੀ ਜ਼ਿੰਦਗੀ ਜੀਣ ਵਿੱਚ ਮਗਨ ਸੀ ਅਤੇ ਤਾਂ ਕਰਕੇ ਉਹ ਨਹੀਂ ਚਾਹੁੰਦੇ ਸੀ ਕਿ ਅਸੀਂ ਕਿਸੇ ਵੀ ਲਾਅ ਦੇ ਜਾਂ ਕਿਸੇ ਵੀ ਕੌਨਸਟੀਟਿਊਸ਼ਨ ਦੇ ਨੀਚੇ ਰਹਿ ਕੇ ਅਸੀਂ ਮਤਲਬ ਕਿ ਉਸਦੇ ਅੰਡਰ ਰਹਿ ਕੇ ਕੋਈ ਵੀ ਕੰਮ ਕਰੀਏ। ਹੁਣ ਦੇਸੀ ਰਿਆਸਤ ਦੇ ਜਿਹੜੇ 93 ਮੈਂਬਰ ਸੀ ਉਹ ਉਹਨਾਂ ਨੇ ਭੇਜੀ ਨਹੀਂ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਵਿੱਚ ਨਹੀਂ ਭੇਜੇ। ਇਸ ਤੋਂ ਬਾਅਦ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ 1946 ਈਸਵੀ ਵਿੱਚ ਸ਼ੁਰੂ ਹੋਈ ਅਤੇ ਸੰਵਿਧਾਨ ਸਭਾ ਦਾ ਹੈੱਡ ਚੁਣਿਆ ਗਿਆ ਮਤਲਬ ਕਿ ਟੈਂਪਰੇਰੀ ਪ੍ਰੈਜ਼ੀਡੈਂਟ ਚੁਣਿਆ ਗਿਆ, ਜਿਸਦਾ ਨਾਮ ਕੀ ਸੀ, ਸੱਚਿਦਾਨੰਦ ਸਿਨਹਾ ਜਿਸਦਾ ਨਾਮ ਸੀ। ਕਦੋਂ ਚੁਣਿਆ ਗਿਆ ਸੀ, ਅਸੀਂ ਇਹ 9 ਦਸੰਬਰ 1946 ਈਸਵੀ ਵਿੱਚ ਚੁਣਿਆ ਗਿਆ ਸੀ, ਸੰਵਿਧਾਨ ਦੀ ਪਹਿਲੀ ਬੈਠਕ ਵਿੱਚ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਵਿੱਚ ਚੁਣਿਆ ਗਿਆ ਸੀ ਅਤੇ ਇਹ ਅਸਥਾਈ ਪ੍ਰੈਜ਼ੀਡੈਂਟ ਸੀ ਅਤੇ ਇਸਦਾ ਨਾਮ ਕੀ ਸੀ, ਸੱਚਿਦਾਨੰਦ ਸਿਨਹਾ ਸੀ। ਸੰਵਿਧਾਨ ਸਭਾ ਦਾ ਸਲਾਹਕਾਰ ਕੌਣ ਚੁਣਿਆ ਗਿਆ ਸੀ, B.N. ਰਾਓ ਜੋ ਸੀ ਇਹ ਸਲਾਹਕਾਰ ਸੀ ਸੰਵਿਧਾਨ ਸਭਾ ਦਾ। ਅਤੇ ਸੰਵਿਧਾਨ ਸਭਾ ਦਾ ਪਰਮਾਨੈਂਟ ਪ੍ਰੈਜ਼ੀਡੈਂਟ ਕੌਣ ਸੀ, ਰਜਿੰਦਰ ਪ੍ਰਸਾਦ ਸੀ। ਕਨਫਿਊਜ਼ ਹੋ ਜਾਂਦੇ ਨੇ ਕਾਫੀ ਬੱਚੇ, ਸੰਵਿਧਾਨ ਸਭਾ ਦਾ ਜਿਹੜਾ ਪਰਮਾਨੈਂਟ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ ਹੈ ਉਹ ਰਜਿੰਦਰ ਪ੍ਰਸਾਦ ਹੈ, ਨਾ ਕਿ ਭੀਮ ਰਾਓ ਅੰਬੇਡਕਰ ਹੈ। ਰਜਿੰਦਰ ਪ੍ਰਸਾਦ ਨੂੰ 11 ਦਸੰਬਰ 1946 ਈਸਵੀ ਵਿੱਚ, ਮਤਲਬ ਕਿ 2 ਦਿਨ ਬਾਅਦ, 9 ਦਸੰਬਰ ਨੂੰ ਤਾਂ ਜਿਹੜਾ ਕਿ ਟੈਂਪਰੇਰੀ ਪ੍ਰੈਜ਼ੀਡੈਂਟ ਚੁਣਿਆ ਗਿਆ ਸੀ, ਉਸ ਤੋਂ 2 ਦਿਨ ਬਾਅਦ ਸੰਵਿਧਾਨ ਸਭਾ ਦਾ ਪਰਮਾਨੈਂਟ ਪ੍ਰੈਜ਼ੀਡੈਂਟ ਚੁਣਿਆ ਗਿਆ 11 ਦਸੰਬਰ 1946 ਈਸਵੀ ਵਿੱਚ। ਓਕੇ, ਕਾਫੀ ਵਾਰ ਐਗਜ਼ਾਮ ਵਿੱਚ ਇਹ ਕੁਐਸਚਨ ਪੁੱਛ ਲਿਆ ਜਾਂਦਾ, ਤਾਂ ਕਰਕੇ ਇਹਨਾਂ ਨੂੰ ਸਿਰਫ ਵੀਡੀਓ ਨੂੰ ਦੇਖੋ, ਉਹਨਾਂ ਨਾਲ ਦੀ ਨਾਲ ਰਾਈਟ ਡਾਊਨ ਕਰਦੇ ਰਹੋ, ਆਪਣੇ ਨੋਟਸ ਬਣਾਉਂਦੇ ਰਹੋ। ਅਤੇ ਇਸ ਤੋਂ ਬਾਅਦ ਗੱਲ ਕਰੀਏ, ਸੰਵਿਧਾਨ ਸਭਾ ਵਿੱਚ ਇੱਕ ਐਂਗਲੋ ਇੰਡੀਅਨ ਸੀ ਜਿਸਦਾ ਨਾਮ ਸੀ ਫਰੈਂਕ ਐਂਟਨੀ। ਇਹ ਵੀ ਐਗਜ਼ਾਮ ਵਿੱਚ ਕਾਫੀ ਵਾਰੀ ਪੁੱਛ ਲਿਆ ਗਿਆ ਹੈ ਕਿ ਸੰਵਿਧਾਨ ਸਭਾ ਵਿੱਚ ਐਂਗਲੋ ਇੰਡੀਅਨ ਦਾ ਨਾਮ ਕੀ ਸੀ, ਤਾਂ ਫਰੈਂਕ ਐਂਟਨੀ ਸੀ। ਇਸ ਤੋਂ ਇਲਾਵਾ ਗੱਲ ਕਰੀਏ, ਫਾਰਸੀ ਸਮੁਦਾਇ ਦਾ ਵੀ ਇੱਕ ਮੈਂਬਰ ਸੀ, PH ਮੋਦੀ।
ਹੁਣ ਇਸ ਤੋਂ ਬਾਅਦ 13 ਦਸੰਬਰ 1946 ਈਸਵੀ ਨੂੰ ਸੰਵਿਧਾਨ ਸਭਾ ਦੀ ਤੀਜੀ ਬੈਠਕ ਬੁਲਾਈ ਗਈ ਅਤੇ ਸੰਵਿਧਾਨ ਦੀ ਪ੍ਰਸਤਾਵਨਾ ਪੇਸ਼ ਕੀਤੀ ਗਈ ਅਤੇ ਜਿਸ ਵਿੱਚ ਦੱਸਿਆ ਗਿਆ ਕਿ ਸੰਵਿਧਾਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸੰਵਿਧਾਨ ਵਿੱਚ ਇਹ ਕੁਝ ਇਨਕਲੂਡ ਹੋਣਾ ਚਾਹੀਦਾ ਹੈ, ਸੰਵਿਧਾਨ ਵਿੱਚ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਦੀ ਪ੍ਰਸਤਾਵਨਾ ਪੇਸ਼ ਕੀਤੀ ਅਤੇ 13 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਤੀਜੀ ਬੈਠਕ ਵਿੱਚ ਪਹਿਲੀ ਵਾਰ ਸੰਵਿਧਾਨ ਪ੍ਰਸਤਾਵਨਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਪੇਸ਼ ਕੀਤੀ ਅਤੇ 22 ਜਨਵਰੀ 1947 ਨੂੰ ਇਹ ਪ੍ਰਸਤਾਵ ਪਾਸ ਹੋ ਗਿਆ ਅਤੇ ਇਹ ਪ੍ਰਸਤਾਵ ਬੀ ਐੱਨ ਰਾਓ ਨੂੰ ਸੌਂਪ ਦਿੱਤਾ ਗਿਆ। ਸਮਝ ਰਹੇ ਦੋਸਤੋ, ਥਰਡ ਬੈਠਕ ਵਿੱਚ ਪੂਰੀ ਮੀਟਿੰਗ ਹੋਈ ਇਹਨਾਂ ਦੀ ਅਤੇ ਪੂਰੇ ਵਿਚਾਰ ਵਟਾਂਦਰੇ ਕੀਤੇ। ਉਸ ਤੋਂ ਬਾਅਦ ਪ੍ਰਸਤਾਵ ਐਕਸੈਪਟ ਹੋਣ ਤੋਂ ਬਾਅਦ ਬੀ ਐੱਨ ਰਾਓ ਨੂੰ ਸੌਂਪ ਦਿੱਤਾ ਗਿਆ ਅਤੇ ਬੀ ਐੱਨ ਰਾਓ ਨੂੰ ਕਿਹਾ ਗਿਆ ਜਾਓ ਤੁਸੀਂ ਸੰਵਿਧਾਨ ਲਿਖ ਕੇ ਲੈ ਕੇ ਆਓ। ਬੀ ਐੱਨ ਰਾਓ ਨੂੰ ਸੰਵਿਧਾਨ ਦਾ ਪ੍ਰਸਤਾਵ ਸੌਂਪਣ ਤੋਂ ਬਾਅਦ ਅਕਤੂਬਰ 1947 ਤੱਕ, ਮਤਲਬ ਕਿ 22 ਜਨਵਰੀ 1947 ਤੋਂ ਲੈ ਕੇ ਅਕਤੂਬਰ 1947 ਦੇ ਵਿੱਚ ਭਾਰਤ ਦਾ ਸੰਵਿਧਾਨ ਬੀ ਐੱਨ ਰਾਓ ਜੀ ਨੇ ਤਿਆਰ ਕਰ ਦਿੱਤਾ। ਇਸ ਵਿੱਚ 243 ਆਰਟੀਕਲ ਸੀ ਅਤੇ 13 ਸ਼ਡਿਊਲ ਯਾਨੀ ਅਨਸੂਚੀਆਂ ਸੀ। ਹੁਣ ਕੀ ਹੋਇਆ, ਬੀ ਐੱਨ ਰਾਓ ਅਕਤੂਬਰ 1947 ਵਿੱਚ ਸੰਵਿਧਾਨ ਨੂੰ ਲਿਖ ਕੇ ਅਸੈਂਬਲੀ ਵਿੱਚ, ਮਤਲਬ ਕਿ ਸੰਵਿਧਾਨ ਸਭਾ ਵਿੱਚ ਲੈ ਆਇਆ ਅਤੇ ਸੰਵਿਧਾਨ ਸਭਾ ਨੇ ਪਹਿਲਾਂ ਹੀ ਦਿਮਾਗ ਲਗਾਇਆ ਹੋਇਆ ਸੀ ਕਿ ਜਦੋਂ ਬੀ ਐੱਨ ਰਾਓ ਸੰਵਿਧਾਨ ਲੈ ਕੇ ਆਵੇਗਾ ਤਾਂ ਉਸਨੂੰ ਆਪਾਂ ਇੱਕ ਵਾਰੀ ਚੈੱਕ ਕਰਾਵਾਂਗੇ ਅਤੇ ਉਸ ਵਿੱਚ ਸ਼ੋਧ ਕਰਾਵਾਂਗੇ। ਤਾਂ ਸੰਵਿਧਾਨ ਸਭਾ ਨੇ, ਮਤਲਬ ਬੀ ਐੱਨ ਰਾਓ ਦੇ ਸੰਵਿਧਾਨ ਕੰਪਲੀਟ ਕਰਨ ਤੋਂ ਪਹਿਲਾਂ ਹੀ ਸੰਵਿਧਾਨ ਸਭਾ ਨੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਸੀ ਕਿ ਜਦੋਂ ਵੀ ਬੀ ਐੱਨ ਰਾਓ ਸੰਵਿਧਾਨ ਲਿਖ ਕੇ ਲੈ ਕੇ ਆਵੇਗਾ ਉਸ ਨੂੰ ਇੱਕ ਵਾਰੀ ਪੜ੍ਹੋ ਅਤੇ ਉਸਦੀ ਸੋਧ ਕਰਨ ਲਈ ਪੂਰੀ ਜੋ ਵੀ ਡਿਟੇਲਿੰਗ ਉਸ ਵਿੱਚ ਕਰ ਸਕਦੇ ਹੋ ਇਹ ਕਮੇਟੀ ਕਰ ਸਕਦੀ ਹੈ। ਮਤਲਬ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਨੂੰ ਆਪਾਂ ਡਰਾਫਟਿੰਗ ਕਮੇਟੀ ਦੇ ਨਾਮ ਨਾਲ ਜਾਣਦੇ ਹਾਂ।